ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਉਸ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜੀ ਦੇ 300 ਸਾਲਾ ਜਨਮ ਦਿਹਾੜੇ ਨੂੰ ਸਬੰਧ ਦੇ ਵਿੱਚ ਜੋ ਪ੍ਰੋਗਰਾਮ ਕੀਤੇ ਜਾ ਰਹੇ ਆ ਉਹਨਾਂ ਸਾਰਿਆਂ ਦੀ ਲੱਖ ਲੱਖ ਵਧਾਈ ਦਿਨਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਸਮੇਂ ਤੋਂ ਜਿੱਥੇ ਗੁਰੂ ਸਹਿਬਾਨਾਂ ਦੇ ਜਨਮ ਦਿਹਾੜੇ ਪ੍ਰਕਾਸ਼ ਦਿਹਾੜੇ ਭਗਤ ਸਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਭੱਟ ਸਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦੀ ਆ ਰਹੀ ਆ ਉੱਥੇ ਹੀ ਜੋ ਸਿੱਖ ਕੌਮ ਦੇ ਮਹਾਨ ਜਰਨੈਲ ਨੇ ਜਿਨ੍ਹਾਂ ਨੇ ਸਿੱਖੀ ਨੂੰ ਪਰਫੁੱਲਤ ਕਰਨ ਵਾਸਤੇ ਸਿੱਖ ਰਾਜ ਸਥਾਪਿਤ ਕਰਨ ਵਾਸਤੇ ਗੁਰੂ ਘਰਾਂ ਦੀ ਮਾਣ ਮਰਯਾਦਾ ਬਹਾਲ ਰੱਖਣ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ ਕਲੜਾਂ ਕੀਤੀਆਂ ਉਹਨਾਂ ਮਹਾਨ ਯੋਧਿਆਂ ਨੂੰ ਸਮੇਂ ਸਮੇਂ ਤੇ ਯਾਦ ਕਰਦੇ ਆ ਵੱਡੇ ਪੱਧਰ ਤੇ ਸਮਾਗਮ ਕੀਤੇ ਜਾਂਦੇ ਆ ਉਸੇ ਹੀ ਤਰਜ਼ ਤੇ ਮਾਜੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਯੋਗ ਅਗਵਾਈ ਤੇ ਵਿੱਚ ਸਰਦਾਰ ਜਸਾ ਸਿੰਘ ਰਾਮ ਗੜਿਆ ਜੀ ਦਾ 300 ਸਾਲਾ ਜਨਮ ਦਿਹਾੜਾ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਸਮੂਹ ਨਿਹੰਗ ਜਥੇਬੰਦੀਆਂ ਕਾਰ세ਵਾਲੇ ਮਹਾਂਪੁਰਸ਼ ਹੋਰ ਸੰਪਰਦਾਵਾਂ ਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਸ ਦੀ ਰੰਭਤਾ ਅਸੀਂ ਦਿੱਲੀ ਤੋਂ 16 April ਤੋਂ ਕੀਤੀ ਸੀ 16 April ਨੂੰ ਗੁਰਦੁਆਰਾ ਸ਼੍ਰੀ ਰਿਕਾਬ ਗਾਂਜ ਤੋਂ ਇੱਕ ਮਹਾਨ ਫਤਿਹ ਮਾਰ ਚ ਆਰੰਭ ਕੀਤਾ ਸੀ ਜੋ ਉੱਥੇ ਦਿੱਲੀ ਦੇ ਵਿੱਚ 16 ਤਰੀਕ ਨੂੰ ਆਰੰਭ ਕਰਕੇ ਉੱਥੇ ਸਮਾਪਤ ਹੋਇਆ ਫਿਰ 17 ਦੀ ਤਰੀਕ ਨੂੰ ਉੱਥੇ ਦਿੱਲੀ ਦੇ ਵਿੱਚ ਇੱਕ ਵੱਡਾ ਗੁਰਮਤ ਸਮਾਗਮ ਕੀਤਾ ਜਿਦੇ ਵਿੱਚ ਪੰਤ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਕਥਾਵਾਚਕ ਤੇ ਹੋਰ ਧਾਰਮਿਕ ਸ਼ਖਸੀਤਾਂ ਨੇ ਹਿੱਸਾ ਲਿਆ ਤੇ 18 ਤਰੀਕ ਨੂੰ ਖਾਲਸਾਈ ਰਵੈਤ ਅਨਸਾਰ ਉੱਥੇ ਖਾਲਸਾਈ ਖੇਡਾਂ ਕੀਤੀਆਂ ਗਈਆਂ ਘੋੜਸਵਾਰੀ ਨੇਜਾਬੰਦੀ ਗਤਕਾਬਾਜੀ ਉਹ ਸਿੱਖ ਸੰਗਤਾਂ ਨੂੰ ਉੱਥੇ ਦਰਸ਼ਨ ਦਿਦਾਰੇ ਕਰਾਏ ਗਏ ਫਿਰ ਉੱਥੋਂ 20 ਤਰੀਕ ਨੂੰ ਖਾਲਸਾ ਫਤਿਹ ਮਾਰਚ ਆਰੰਭ ਹੋਇਆ ਜੋ ਦਿੱਲੀ ਤੋਂ ਚੱਲ ਕੇ ਹਰਿਆਣਾ ਸਟੇਟ ਹਰਿਆਣੇ ਤੋਂ ਪਟਿਆਲੇ ਥਾਣੀ ਹੁੰਦਾ ਹੋਇਆ ਵੱਖ-ਵੱਖ ਇਤਿਹਾਸਕ ਗੁਰਦੁਆਮਾਂ ਦੀ ਯਾਤਰਾ ਕਰਦਾ ਹੋਇਆ ਦੋ ਤਖਤ ਸਹਿਬਾਨਾ ਤਖਤ ਸ੍ਰੀ ਕੇਸਗੜ ਸ੍ਰੀ ਆਨੰਦਪੁਰ ਸਾਹਿਬ ਤਖਤ ਸ੍ਰੀ ਦੰਦਵਾ ਸਾਹਿਬ ਤਲਵੰਡੀ ਸਾਹਿਬੋਂ ਉੱਥੋਂ ਦੀ ਦਰਸ਼ਨ ਦਿਦਾਰੇ ਸੰਗਤਾਂ ਨੂੰ ਕਰਦਾ ਕਰਾਉਂਦਾ ਹੋਇਆ ਚਾਲੇ ਮਾਰਦਾ ਕੱਲ 4 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਆਣ ਕੇ ਸੰਪੂਰਨ ਹੋਵੇਗਾ ਜਿਸ ਦਾ ਠਹਿਰਾਓ ਅੱਜ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਹੈ ਕੱਲ 4 ਤਰੀਕ ਨੂੰ ਦਰਬਾਰ ਸਾਹਿਬ ਤਰਨਤਾਰਨ ਤੋਂ ਆਰੰਭ ਹੋ ਕੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸ਼ਹਾਟਾ ਸਾਹਿਬ ਖਾਲਸਾ ਕਾਲਜ ਯੂਨੀਵਰਸਿਟੀ ਹਾਲ ਬਾਜ਼ਾਰ ਥਾਣੀ ਹੁੰਦਾ ਹੋਇਆ ਸ਼ਾਮ ਨੂੰ ਜਿਹੜਾ ਉਹ ਕਾਲਤਾ ਸਾਹਿਬ ਤੇ ਆਣ ਕੇ ਸੰਪੂਰਨ ਹੋਵੇਗਾ ਉਸ ਤੋਂ ਬਾਅਦ ਰਾਤ ਨੂੰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੱਡੇ ਗੁਰਮਤ ਸਮਾਗਮ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਪੰਥ ਪ੍ਰਸਿੱਧ ਕਵੀ ਕਵੀਸ਼ਰ ਸਹਿਬਾਨ ਢਾਡੀ ਸਹਿਬਾਨ ਕਥਾਵਾਚਕ ਸਹਿਬਾਨ ਉਸ ਮਹਾਨ ਜੋਦੇ ਦੀਆਂ ਵਾਰਾਂ गा ਕੇ ਸਿੱਖੀ ਦੇ ਨਾਲ ਜੋੜਨ ਵਾਸਤੇ ਉਹਨਾਂ ਦੀਆਂ ਗਥਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਤੇ 5 ਤਰੀਕ ਨੂੰ ਵੱਡਾ ਗੁਰਮਤ ਸਮਾਗਮ ਸਵੇਰੇ 10 ਵਜੇ ਤੋਂ ਆਰੰਭ ਹੋ ਕੇ ਸ਼ਾਮ 3 ਵਜੇ ਤੱਕ ਚੱਲੇਗਾ ਇਸ ਦੇ ਵਿੱਚ ਵੀ ਪੰਥ ਪ੍ਰਸਿੱਧ ਰਾਗੀ ਸਿੰਘ ਕਵੀਸ਼ਰ ਸਹਿਬਾਨ ਢਾਡੀ ਸਿੰਘ ਸਰਦਾਰ ਤਰਸੇਮ ਸਿੰਘ ਜੀ ਮੋਹਰਾਂਵਾਲੀ ਪੰਥ ਪ੍ਰਸਿੱਧ ਕਥਾਵਾਚਕ ਬਾਬਾ ਬੰਤਾ ਸਿੰਘ ਜੀ ਮਾਹ ਜੋਗ ਪ੍ਰਧਾਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਹ ਜੋਗ ਸਾਡੇ ਤਖਤ ਸਹਿਬਾਨਾਂ ਦੇ ਸਿੰਘ ਸਹਿਬਾਨ ਹੋਰ ਨਿਹੰਗ ਜਥੇਬੰਦੀਆਂ ਹੋਰ ਬੁੱਧੀਜੀਵੀ ਸੰਤ ਸਮਾਜ ਕਾਰਸਿਵਾਲੇ ਮਹਾਪੁਰਸ਼ ਸੰਗਤਾਂ ਦੇ ਦਰਸ਼ਨ ਦੇਦਾਰੇ ਕਰਨਗੇ ਤੇ ਇਸ ਤੋਂ ਇਲਾਵਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਅੱਜ ਦੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਉਸ ਇਤਿਹਾਸ ਤੋਂ ਜਾਣੂ ਕਰਾਉਣ ਵਾਸਤੇ ਅਸੀਂ ਇੱਕ ਤਰੀਕ ਤੋਂ ਚਿੱਤਰ ਪ੍ਰਦਰਸ਼ਨੀ ਉਹ ਜੋ ਬੰਗਾ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਨਾਉਂ ਤੇ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਲੰਗਰ ਵਾਲੀ ਸਾਈਡ ਤੇ ਇੱਕ ਤਰੀਕ ਤੋਂ ਉੱਥੇ ਜਿਹੜੀ ਅਸੀਂ ਚਿੱਤਰ ਪ੍ਰਦਰਸ਼ਨੀ ਲਾਈ ਆ ਜੋ ਉਹ ਸਾਰੇ ਜਿਹੜੇ ਸਾਡੇ ਵਾਕਾਏ ਵਾਪਰੇ ਨੇ ਸਾਡੇ ਸਾਕੇ ਹੋਏ ਨੇ ਮੋਰਚੇ ਲੱਗੇ ਨੇ ਉਹਨਾਂ ਦਾ ਇਤਿਹਾਸ ਦਰਸਾਉਂਦੇ ਨੇ ਉਹ ਜਦ ਛੋਟੇ ਛੋਟੇ ਬੱਚੇ ਦੇਖਦੇ ਨੇ ਉਹਨਾਂ ਤਸਵੀਰਾਂ ਵੱਲ ਤੇ ਉਹ ਫਿਰ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਜਿਗਿਆਸਾ ਜਾਗਦੀ ਆ ਇਤਿਹਾਸ ਤੋਂ ਜਾਣਕਾਰੀ ਲੈਣ ਦੀ ਉਹਦਾ ਪਿਛਲੇ ਸਮਿਆਂ ਦੇ ਵਿੱਚ ਵੀ ਜਿਹੜੀ ਅਸੀਂ ਗੁਰੂ ਕੇ ਬਾਗ ਸ਼ਤਾਬ ਦੀ ਮਨਾਈ ਹੋਰ ਮੰਜੀ ਸਾਹਿਬ ਸ਼ਤਾਬ ਦੀਆਂ ਮਨਾਈਆਂ ਉਹਨਾਂ ਦਾ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਵੱਡਾ ਯੋਗਦਾਨ ਰਿਹਾ ਆ ਉਹ ਵੀ ਮਾਨਯੋਗ ਪ੍ਰਧਾਨ ਸਾਹਿਬ ਦੇ ਦੇਸ਼ਾਂਸਾਰ ਅਸੀਂ ਇੱਕ ਤਰੀਕ ਤੋਂ ਜਿਹੜੀ ਆ ਉਹ ਬੰਗੇ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦਾ ਜੋ ਬੰਗਾ ਆ ਉੱਥੇ ਲਗਾਈ ਗਈ ਆ ਉਹ ਉਸ ਤੋਂ ਇਲਾਵਾ ਅੱਜ ਅਸੀਂ ਉਸ ਪ੍ਰਾਤਨ ਬੁੰਗੇ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ ਨੇ ਜੋ ਉਹਨਾਂ ਦੇ 300 ਸਾਲਾ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਆਰੰਭ ਕੀਤੇ ਗਏ ਨੇ ਇਹ 5 ਤਰੀਕ ਨੂੰ ਸਵੇਰੇ 10 ਵਜੇ ਇਹਨਾਂ ਦੇ ਭੋਗ ਪੈਣਗੇ ਭੋਗ ਤੋਂ ਅਪਰੰਤ ਅਗਲਾ ਜਿਹੜਾ ਸਾਰੀ ਦਿਹਾੜੀ ਦੀਵਾਨ ਹੈ 10 ਵਜੇ ਤੋਂ ਲੈ ਕੇ 3 ਵਜੇ ਤੱਕ ਉਹ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤਾ ਜਾਵੇਗਾ ਮੇਰੀ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਹੱਥ ਜੋੜ ਕੇ ਸੰਮਰ ਬੇਨਤੀ ਆ ਕਿ ਉਸ ਮਹਾਨ ਯੋਧੇ ਦੇ 300 ਸਾਲਾ ਜਨਮ ਦਿਹਾੜੇ ਨੂੰ ਜੋ ਪ੍ਰੋਗਰਾਮ ਕੀਤੇ ਜਾ ਰਹੇ ਨੇ ਵੱਧ ਤੋਂ ਵੱਧ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰਕੇ ਖੁਸ਼ੀਆਂ ਮਨਾਈਏ ਉਸ ਮਹਾਨ ਯੋਧੇ ਨੂੰ ਸਿਜਦਾ ਕਰੀਏ ਤੇ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਸਕੂਲਾਂ ਚੋਂ ਇੱਕ ਦਿਨ ਲਈ ਭਾਵੇਂ ਛੁੱਟੀ ਕਰਾ ਲਓ ਛੁੱਟੀਆਂ ਕਰਾ ਕੇ ਇੱਥੇ ਲਿਆ ਕੇ ਉਹਨਾਂ ਮਹਾਨ ਜਰਨੇਲਾਂ ਦੀਆਂ ਜਿਹੜੀਆਂ ਗਥਾਵਾਂ ਨੇ ਜਿਹੜੀਆਂ ਕੁਰਬਾਨੀਆਂ ਉਹਨਾਂ ਨੇ ਕੀਤੀਆਂ ਆ ਉਹਨਾਂ ਦਾ ਜਿਹੜਾ ਇਤਿਹਾਸ ਇੱਥੇ ਵੱਖ-ਵੱਖ ਵਿਦਵਾਨਾਂ ਵੱਲੋਂ ਸਰਵਣ ਕਰਾਇਆ ਜਾਣਾ ਆ ਉਹ ਇਹਨਾਂ ਬੱਚਿਆਂ ਨੂੰ ਸਰਵਣ ਕਰਾਈਏ ਤਾਂ ਜੋ ਆਉਣ ਵਾਲੀ ਸਾਡੀ ਪੀੜ੍ਹੀ ਆ ਜੋ ਇਹ ਅਲਾਨ ਤਾਂ ਚੱਲ ਰਹੀਆਂ ਨਸ਼ੇ ਦੀਆਂ ਚੱਲ ਰਹੀਆਂ ਨੇ ਕੇਸਾਂ ਦੇ ਕਤਲ ਕਰਾਉਣ ਦੀਆਂ ਚੱਲ ਰਹੀਆਂ ਨੇ ਹੋਰ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਬਰਿਆਈਆਂ ਸਾਡੇ ਸਮਾਜ ਦੇ ਵਿੱਚ ਵੱਧ ਰਹੀਆਂ ਨੇ ਉਹਨਾਂ ਦੀ ਜਿਹੜੀ ਆ ਰੋਕਥਾਮ ਹੋ ਸਕੇ ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸਾਡਾ ਜਿਹੜਾ ਸਿੱਖੀ ਦਾ ਫਲਸਫਾ ਆ ਸਿੱਖੀ ਦੀਆਂ ਰੌ ਰੀਤਾਂ ਆ ਸਾਡੇ ਸਿੱਖੀ ਸਿਧਾਂਤ ਨੇ ਉਹਨਾਂ ਤੋਂ ਜਾਣੂ ਹੋ ਕੇ ਤੇ ਆਪਣੀ ਸਿੱਖੀ ਦੇ ਵਿੱਚ ਪਰਪੱਕ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ